ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ, ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਦੰਗ ਜਿਵੇਂ ਸ਼ੁਰੂ ਹੋ ਗਏ ਨੇ, ਸਰਪੰਚ ਬਣਨ ਦੇ ਚਾਹਵਾਨਾਂ ਨੇ ਲੋਕਾਂ ਦੇ ਬੂਹਿਆਂ 'ਤੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਆ, ਕਿਉਂਕਿ ਤਰੀਕ ਨੇੜੇ ਆ ਗਈ ਹੈ 20 ਅਕਤੂਬਰ ਤੱਕ ਪੰਜਾਬ ਨੂੰ ਨਵੇਂ ਸਰਪੰਚ ਪੰਚ ਮਿਲ ਜਾਣਗੇ। ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਨੇ ਚਿੱਠੀ ਜਾਰੀ ਕਰ ਦਿੱਤੀ ਆ ਅਤੇ ਆਉਂਦੇ ਸੋਮਵਾਰ ਜਾਂ ਮੰਗਲਵਾਰ ਤੱਕ ਉਹ ਤਰੀਕ ਸਾਹਮਣੇ ਹੋਏਗੀ ਜਿਸ ਦਿਨ ਚੋਣਾਂ ਪੈਣਗੀਆਂ, ਜਿਸ ਦਿਨ ਪੰਜਾਬ ਦੇ ਪਿੰਡਾਂ 'ਚ ਸਰਪੰਚ ਪੰਚ ਚੁਣੇ ਜਾਣਗੇ। ਉਸੇ ਦਿਨੇ ਵੋਟਾਂ ਪੈਂਦੀਆਂ, ਉਸੇ ਦਿਨੇ ਗਿਣਤੀ ਹੋ ਜਾਂਦੀ ਹੈ ਅਤੇ ਦੁਸਹਿਰੇ ਤੋਂ ਬਾਅਦ ਕਿਸੇ ਵੀ ਦਿਨ ਚੋਣ ਹੋ ਸਕਦੀ ਹੈ। ਦੁਸਹਿਰੇ ਤੋਂ ਅਗਲਾ ਦਿਨ ਵੀ ਹੋ ਸਕਦਾ, ਉਹ 13 ਅਕਤੂਬਰ ਦਾ ਦਿਨ ਵੀ ਹੋ ਸਕਦਾ, ਉਹ 14 ਅਕਤੂਬਰ ਦਾ ਦਿਨ ਵੀ ਹੋ ਸਕਦਾ। 13 ਅਕਤੂਬਰ ਤੋਂ ਲੈ ਕੇ 20 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਪਿੰਡਾਂ ਨੂੰ ਨਵੇਂ ਸਰਪੰਚ ਪੰਚ ਮਿਲ ਜਾਣਗੇ ਜੀ। ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਨੇ ਬਾਕਾਇਦਾ ਤੌਰ 'ਤੇ ਨੋਟੀਫਿਕੇਸ਼ਨ ਕੱਢ ਦਿੱਤਾ ਕਿ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣ। ਸੋ ਹੁਣ ਮਾਮਲਾ ਪੰਜਾਬ ਰਾਜ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ 'ਚ ਹੈ, ਉਹਨਾਂ ਕੋਲ ਚਿੱਠੀ ਅੱਪੜਦਿਆਂ ਹੀ ਉਹਨਾਂ ਨੇ ਸੋਮਵਾਰ ਜਾਂ ਮੰਗਲਵਾਰ ਮੀਟਿੰਗ ਕਰਕੇ ਤਰੀਕ ਐਲਾਨਣੀ ਹੈ, ਜਿਹੜੀ ਤਰੀਕ 13 ਤੋਂ 20 ਅਕਤੂਬਰ ਦੇ ਵਿਚਾਲੇ ਹੋਣ ਦੀ ਸੰਭਾਵਨਾ ਹੈ। ਅਤੇ ਪੰਜਾਬ ਨੇ 13,000 ਤੋਂ ਵੱਧ ਪੰਚਾਇਤਾਂ ਚੁਣਨੀਆਂ, 13,241 ਪੰਚਾਇਤਾਂ ਦੀ ਚੋਣ ਹੋਣੀ ਹੈ। ਪਿਛਲੀ ਵਾਰ ਜੇ ਮੈਂ ਦੇਖਾਂ ਤਾਂ ਪੰਜਾਬ ਦੇ ਵਿੱਚ 13,276 ਸਰਪੰਚ ਚੁਣੇ ਗਏ ਸੀ, ਹੈ ਇਸੇ ਤਰ੍ਹਾਂ 83,831 ਦੇ ਕਰੀਬ ਪੰਚ ਚੁਣੇ ਗਏ ਸੀ। ਸੋ ਹੁਣ 13,241 ਪੰਚਾਇਤਾਂ ਦੀ ਚੋਣ ਹੋਣੀ ਹੈ ਅਤੇ ਉਹਦੇ ਹਵਾਲੇ ਨਾਲ ਉਸ ਤੋਂ ਬਾਅਦ ਫਿਰ 150 ਬਲਾਕ ਸਮਤੀਆਂ, 23 ਜ਼ਿਲ੍ਹਾ ਪ੍ਰੀਸ਼ਦ, ਫਿਰ ਨਗਰ ਨਿਗਮ, ਨਗਰ ਕੌਂਸਲ, ਸਾਰਾ ਕੁਛ ਪੜਾਅ ਦਰ ਪੜਾਅ ਖੜ੍ਹਾ, ਕਿਉਂਕਿ ਲਗਾਤਾਰ ਪੰਚਾਇਤੀ ਚੋਣਾਂ ਲਟਕ ਰਹੀਆਂ ਸੀ। ਤੋ ਹੁਣ ਲਗਭਗ ਮੁੱਢ ਬਚ ਗਿਆ ਜਦੋਂ ਪੰਚਾਇਤ ਵਿਭਾਗ ਨੇ ਚਿੱਠੀ ਕੱਢਤੀ, ਨੋਟੀਫਿਕੇਸ਼ਨ ਕਰਤਾ ਕਿ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾਣ। ਔਰ ਉੱਧਰ ਜਿਹੜੇ ਪੰਚਾਇਤ ਸੋਧ ਐਕਟ ਦੇ ਵਿੱਚ ਸੋਧ ਕੀਤੀ ਸੀ, ਪੰਚਾਇਤ ਐਕਟ ਦੇ ਵਿੱਚ ਸੋਧ ਕੀਤੀ ਸੀ, ਉਹਦੇ ਉੱਤੇ ਮੋਹਰ ਲਾ ਦਿੱਤੀ ਹੈ ਰਾਜਪਾਲ ਨੇ ਕਿ ਪਿੰਡਾਂ ਦੇ ਵਿੱਚ ਭਾਈ ਕਿਸੇ ਪਾਰਟੀ ਦੀ ਚੋਣ ਨਿਸ਼ਾਨ 'ਤੇ ਚੋਣ ਨਹੀਂ। ਵੈਸੇ ਪਹਿਲਾਂ ਕਦੇ ਨਹੀਂ ਹੋਈ, ਪਰ ਫਿਰ ਵੀ ਹੁਣ ਪੱਕਾ ਮੁੱਢ ਬੱਝ ਗਿਆ ਕਿ ਭਾਈ ਕਦੇ ਨਹੀਂ ਹੋਊਗੀ। ਦੂਸਰਾ ਜਿਹੜਾ ਸੀਗਾ ਉਸ ਨੂੰ ਲੈ ਕੇ ਅਜੇ ਜ਼ਿਲ੍ਹਾ ਮੁਖੀਆਂ ਦਾ ਕੁਝ ਕੰਮ ਰਹਿੰਦਾ, ਕਿਉਂਕਿ ਦੂਜੀ ਸੋਧ ਇਹਦੇ ਵਿੱਚ ਇਹ ਵੀ ਹੋਈ ਆ ਕਿ ਹੁਣ ਜਿਹੜੀ ਰਾਖਵਾਂ ਵਾਲੀ ਰੋਟੇਸ਼ਨ ਆ, SC BC ਭਾਈਚਾਰੇ, OBC ਭਾਈਚਾਰਾ ਸੀਟਾਂ ਦੀ ਰਾਖਵਾਂ ਕਰਨਾ ਸਰਪੰਚੀ ਪੰਚੀ ਨੂੰ ਲੈ ਕੇ, ਉਹ ਰੋਟੇਸ਼ਨ ਹੁਣ ਜ਼ਿਲ੍ਹੇ ਦੇ ਆਧਾਰ 'ਤੇ ਨਾ ਹੋ ਕੇ ਬਲਾਕ ਆਧਾਰ 'ਤੇ ਹੋਣੀ ਹੈ। ਸੋ ਇਸ ਲਈ ਉਹ ਨਵੇਂ ਸਿਰਿਓਂ ਬਣਨੀ ਹੈ, ਉਹ ਰੋਟੇਸ਼ਨ ਨਵੇਂ ਸਿਰਿਓਂ ਬਣਨ ਦੇ ਹਵਾਲੇ ਨਾਲ DC ਦਾ ਕੁਝ ਕੰਮ ਬਾਕੀ ਆ। ਉਮੀਦ ਕੀਤੀ ਜਾ ਰਹੀ ਕਿ 30 ਸਤੰਬਰ ਤੱਕ ਕੰਮ ਨਿਬੜ ਜਾਣਾ, ਜਦੋਂ ਕਿ ਵੋਟਾਂ ਦੀ ਸੁਧਾਈ, ਲਿਸਟਾਂ, ਜੇ ਉਹ ਕੰਮ ਨਿਬੜਿਆ ਹੋਇਆ। ਸੋ ਉਸੇ ਤਰ੍ਹਾਂ ਵਾਰਡਬੰਦੀ ਦੇ ਹਵਾਲੇ ਨਾਲ ਚੋਣਾਂ ਹੋਣ ਦੀ ਸੰਭਾਵਨਾ ਅਤੇ ਸਰਪੰਚ ਸਿੱਧੇ ਹੀ ਚੁਣੇ ਜਾਣੇ ਆ ਅਤੇ ਆਉਂਦੇ ਦਿਨਾਂ 'ਚ ਨੋਟੀਫਿਕੇਸ਼ਨ ਸੋ ਮੰਗਲਵਾਰ ਤੱਕ ਹੋਣ ਤੋਂ ਬਾਅਦ ਤੈਅ ਹੋ ਜਾਣਾ ਕਿ ਪੰਜਾਬ ਨੂੰ ਨਵੇਂ ਪੰਚ ਸਰਪੰਚ 13 ਤੋਂ 20 ਅਕਤੂਬਰ ਦੇ ਦਰਮਿਆਨ ਮਿਲ ਸਕਦੇ ਨੇ। 12 ਅਕਤੂਬਰ ਨੂੰ ਦੁਸਹਿਰਾ ਅਤੇ ਉਹ ਤੋਂ ਬਾਅਦ ਚੋਣ ਦੀ ਤਰੀਕ ਆਉਣ ਦੀ ਸੰਭਾਵਨਾ। ਸੋ ਪੰਜਾਬ 'ਚ ਨਵੇਂ ਪੰਚ ਸਰਪੰਚਾਂ ਦੀ ਤਿਆਰੀਆਂ ਦੇ ਲਈ ਪਿੰਡਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਹੈ।